ਤੁਹਾਨੂੰ ਯਾਦ ਹੋਵੇਗਾ ਕਿ ਬੀਤੀ ਦਿਨੀ ਮਾਨਸਾ ਦੇ ਬੁਢਲਾਡਾ ਵਿੱਚ ਦੋ ਬੱਚਿਆਂ ਦੀ ਮਾਂ ਵੱਲੋਂ 4 ਸਤੰਬਰ ਨੂੰ ਆਪਣੇ ਨਣਦੋਈਏ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦਾ ਨਣਦੋਈਆ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਤੇ ਉਸ ਨਾਲ ਵਿਆਹ ਕਰਵਾਉਣ ਲਈ ਤੰਗ ਪਰੇਸ਼ਾਨ ਕਰਦਾ ਸੀ ਤੇ ਇਸੇ ਪਰੇਸ਼ਾਨੀ ਦੇ ਚਲਦਿਆਂ ਕੁਸਮ ਨਾਮਕ ਔਰਤ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ ਤੇ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਆਰੋਪੀ ਨਣਦੋਈਏ ਨੂੰ ਗ੍ਰਿਫਤਾਰ ਕਰ ਲਿਆ। ਕਾਬਲੇ ਗੌਰ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਦੀ ਨਣਦ ਤੇ ਨਣਦੋਈਏ ਉੱਪਰ ਪਰਚਾ ਦਰਜ ਕੀਤਾ। ਦੂਜੇ ਪਾਸੇ ਮ੍ਰਿਤਕ ਔਰਤ ਦੇ ਮਾਪਿਆਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਡੀ ਇਹ ਮੰਗ ਹੈ ਜੀ, ਸਾਡੇ 8 ਦਿਨ ਹੋ ਗਏ ਜੀ ਅੱਜ ਬੱਚੀ ਮਰੀ ਨੂੰ, ਸਾਡੇ ਕੋਈ ਕਾਰਵਾਈ ਨਹੀਂ ਸੁਣੀ ਜਾ ਰਹੀ, ਕੋਈ ਕਾਰਵਾਈ ਨਹੀਂ ਹੋ ਰਹੀ ਉਹਦੇ ਮੁਤਾਬਕ ਕੋਈ ਕਾਰਵਾਈ ਨਹੀਂ ਹੋਈ। ਸਾਰੇ ਇਹਨਾਂ ਨੇ ਜੀ ਪੂਰੇ ਅੰਡਰਗਰਾਊਂਡ ਸਾਰੇ ਪੂਰੇ ਕਰ ਰੱਖੇ ਨੇ ਜੀ, ਇਹਨਾਂ ਨੇ ਸਾਰੇ ਆਪਦੇ ਵੀ ਹੱਥ 'ਚ ਲੈ ਰੱਖੇ ਨੇ ਪੈਸੇ ਦੇ ਨਾਲ। ਸਾਡੇ ਕੋਲ ਪੈਸਾ ਨਹੀਂ ਜੀ, ਅਸੀਂ ਗਰੀਬ ਹਾਂ ਜੀ, ਅਸੀਂ ਟਾਈਮ ਪਾਸ ਕਰਦੇ ਹਾਂ ਜੀ। ਸਾਡੀ ਕੋਈ ਮੰਗ ਨਹੀਂ ਸੁਣੀ, ਇਹਨੂੰ ਏਸੀ ਕਮਰੇ 'ਚ ਬਿਠਾ ਰੱਖਿਆ। 4 ਦਿਨ ਪਹਿਲਾਂ ਵੀ ਇਹਨਾਂ ਨੇ ਸਾਨੂੰ ਦਿਖਾਇਆ ਨਹੀਂ, ਹੁਣ ਏਸੀ ਰੂਮ 'ਚ ਬਰੇਟੇ ਉਹ 'ਚ ਥਾਣੇ 'ਚ ਬਿਠਾ ਰੱਖਿਆ ਜੀ। ਉਹ 'ਚ ਬਿਠਾ ਕੇ ਜਵਾਈਆਂ ਵਾਂਗੂ ਇਹਨੂੰ ਬੋਲਦੇ ਨੇ ਜੀ। ਚੰਗੀ ਪੈਂਟ ਸ਼ਰਟ ਚੰਗਾ ਵਧੀਆ ਹੱਸੀ ਜਾਂਦਾ ਸੀ ਜੀ। ਕੱਲ੍ਹ ਲਿਆਇਆ ਸੀ, ਕੱਲ੍ਹ ਏਸੀ ਗੱਡੀ 'ਚ ਜੀ ਇਹਦੀ ਕੋਰਟ 'ਚ ਆਇਆ ਜੀ। ਏਸੀ ਗੱਡੀ 'ਚ ਇਹ ਕੋਰਟ 'ਚ ਹਾਜ਼ਰ ਹੋਇਆ। ਫਿਰ ਜਦੋਂ ਬੱਚੇ ਗਏ ਨੇ ਮੇਰੇ, ਫਿਰ ਉਸ ਤੋਂ ਬਾਅਦ ਇਹਨਾਂ ਨੇ ਦੂਸਰੀ ਸਰਕਾਰੀ ਗੱਡੀ ਮੰਗਾਈ, ਫਿਰ ਉਸ ਦੇ ਵਿੱਚ ਲੈ ਕੇ ਗਏ ਨੇ ਜੀ। ਉਸ ਤੋਂ ਬਾਅਦ ਵੀ ਬੱਚੇ ਦੇਖ ਕੇ ਆਏ ਨੇ ਜੀ, ਉਹਨੂੰ ਏਸੀ ਰੂਮ 'ਚ ਬਿਠਾਇਆ ਗਿਆ ਜੀ। ਉਹ 'ਤੇ ਕੋਈ ਕਟਾਪਾ ਨਹੀਂ ਚੜਿਆ ਜੀ, ਕੁਛ ਨਹੀਂ ਹੋਇਆ। ਦੇਖੋ ਜੀ, ਇੱਕ ਦਿਨ ਦੀ ਰਿਮਾਂਡ ਮੰਗੀ ਸੀ ਇਹਨਾਂ ਨੇ, ਇੱਕ ਦਿਨ ਦੀ ਰਿਮਾਂਡ ਮੰਗੀ। ਮੈਂ ਇਹਨੂੰ ਜੀ ਵੱਧ ਤੋਂ ਵੱਧ ਸਜ਼ਾ ਫਾਂਸੀ ਦਿੱਤੀ ਜਾਵੇ। ਇਹ ਇਨਸਾਫ ਜੇ ਇਹਨਾਂ ਨੇ ਨਾ ਦਿੱਤਾ, ਅਸੀਂ ਤਾਂ ਜੀ ਮਰਨ ਵਰਤ ਰੱਖਾਂਗੇ। ਅੱਜ ਮੇਰੀ ਧੀ ਮਰੀ ਹੈ, ਅਸੀਂ ਐਂ ਪਤਾ ਨਹੀਂ ਅਸੀਂ ਬਰਾਬਰ ਮਰਾਂਗੇ, ਅਸੀਂ ਮਰਨ ਨੂੰ ਤਿਆਰ ਹੈ ਜੀ। ਇਹਨੂੰ ਫਾਂਸੀ ਦਿੱਤੀ। ਦੋਸ਼ੀ ਦੇ ਖਿਲਾਫ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਚੁੱਕੇ ਹਾਂ, ਜਿਹਨੂੰ ਅਰੈਸਟ ਕੀਤਾ ਗਿਆ ਅਤੇ ਅਗਲੀ ਕਾਰਵਾਈ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ।